नमस्कार खबरों ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਗੀਤਾ ਸੁਖਸੈਨਾ ਪੇਸ਼ ਨੇ ਹੁਣ ਤੱਕ ਦੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਦੇ ਗਾਂਦੀਨਗਰ ਰੇਲਵੇ ਸਟੇਸ਼ਨ ਤੋਂ ਨਵੀਂ ਅਤੇ ਆਧੁਨਿਕ ਵੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਰਵਾਨਾ ਕੀਤਾ ਸੱਦੇਸ਼ ਵਿੱਚ ਬਣੀ ਸੈਮੀ ਹਾਈ ਸਪੀਡ ਵਾਲੀ ਇਹ ਰੇਲ ਗੱਡੀ ਗਾਂਦੀਨਗਰ ਤੋਂ ਮੁੰਬਈ ਸੈਂਟਰਲ ਵੱਲ ਚੱਲੇਗੀ ਪ੍ਰਧਾਨ ਮੰਤਰੀ ਨੇ ਇਸ ਮੌਕੇ ਕਿਹਾ ਕਿ ਪਿੰਡ ਅਦੇਟਾਂ ਦੇ ਵਿਕਾਸ ਲਈ ਸਰਕਾਰ ਵੱਲੋਂ ਕਾਫੀ ਕੁਝ ਕੀਤਾ ਜਾ ਰਿਹਾ ਹੈ। ਉਹਨਾਂ ਗਾਂਧੀਨਗਰ ਤੋਂ ਅਹਮਦਾਬਾਦ ਤੱਕ ਵੰਦੇ ਭਾਰਤ ਐਕਸਪ੍ਰੈਸ ਵਿੱਚ ਸਫ਼ਰ ਵੀ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਅਹਮਦਾਬਾਦ ਦੇ ਥਾਲਤੇਜ ਵਿਖੇ ਆਯੋਜਿਤ ਸਮਾਗਮ ਵਿੱਚ ਅਹਮਦਾਬਾਦ ਰੇਲ ਮੈਟਰੋ ਪ੍ਰੋਜੈਕਟ ਦੇ ਪਹਿਲੇ ਗੱਡਾ ਉਦਘਾਟਨ ਵੀ ਕੀਤਾ। ਉਹਨਾਂ ਗਾਂਧੀਨਗਰ ਤੋਂ ਕਾਲੂਪੁਰ ਰੇਲਵੇ ਸਟੇਸ਼ਨ ਤੱਕ ਰੇਲ ਦੀ ਸਵਾਰੀ ਵੀ ਕੀਤੀ। ਕੇਂਦਰੀ ਯੂਵਾ ਮਾਮਲੇ ਅਤੇ ਖੇਡਾਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਹੈ ਕਿ ਕੱਲ ਪਹਿਲੇ ਅਕਤੂਬਰ ਤੋਂ 1 ਮਹੀਨੇ ਤੱਕ ਚੱਲਣ ਵਾਲੇ ਦੇਸ਼ ਵਿਆਪੀ ਸਵੱਛ ਭਾਰਤ ਦੇ ਦੂਜੇ ਪੜਾਅ ਦੀ ਸ਼ੁਰੂਆਤ ਪ੍ਰਯਾਗਰਾਜ ਤੋਂ ਕੀਤੀ ਜਾਵੇਗੀ ਇੱਕ ਵੀਡੀਓ ਸੁਨੇਹੇ ਵਿੱਚ ਉਨ੍ਹਾਂ ਕਿਹਾ ਕਿ ਆਪਣੇ ਸੁਤੰਤਰਤਾ ਦਿਵਸ ਦੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜ ਵਿਸ਼ੇਸ਼ ਟੀਚਿਆਂ ਦਾ ਜ਼ਿਕਰ ਕੀਤਾ ਸੀ ਇਹਨਾਂ ਵਿੱਚੋਂ ਇੱਕ ਟੀਚਾ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣਾ ਹੈ ਜਿਸ ਵਿੱਚ ਸਵੱਛਤਾ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ ਇਸ ਲਈ ਸਵੱਛ ਭਾਰਤ ਦਾ ਦੂਜਾ ਪੜਾਅ ਸਾਡੀ ਤਰਜੀਹ ਹੈ ਇਸ ਪਹਿਲੇ ਕਦਮ ਵਿੱਚ ਵਾਖਵਾ ਖੇਤਰਾ ਪਾਸ਼ਾ ਮਾ ਅਤੇ ਪਿਛੋਕੜਾ ਨਾਲ ਜੁੜੇ ਲੋਕ ਮਿਲ ਕੇ ਕੰਮ ਕਰਨਗੇ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਸਵਜ ਪਾਰਦਾ ਦੂਜਾ ਪੜਾ ਸਿਰਫ ਇੱਕ ਪ੍ਰੋਗਰਾਮ ਨਹੀਂ ਹੈ ਸਗੋਂ ਲੋਕਾਂ ਨੂੰ ਸਵੱਛਤਾ ਦੀ ਮਹੱਤਤਾ ਦਾ ਅਹਿਸਾਸ ਕਰਾਉਣ ਦਾ ਇੱਕ ਯਤਨ ਵੀ ਹੈ रिटायर्ड लेफ्टिनेंट जनरल अनिल चौहान ने आज चीफ ऑफ डिफेंस स्टाफ सीडीएस वो जो अपना कामकाज संभाल लिया है इस मौके रक्षा मंत्रालय के हेड क्वार्टर साउथ ब्लॉक विखे एक समागम दौरान तीनों फौजां वालों उन्होंने गाडाफ ऑनर दी तगया समागम में तीनों फौजां के मुखी मौजूद रहे मगरु पत्रकार नाल गाल बात करते हैं लेफ्टिनेंट जनरल चौहान ने कहा कि हो तीनों फौजां दे सहयोग नाल सारीया चुनौतियां अते मुश्किला ना न जितणगे RBI ਨੇ ਰੈਪੋ ਰੇਟ ਵਿੱਚ 0.5 ਫੀਸਦੀ ਦਾ ਵਾਧਾ ਐਲਾਨ ਕੀਤਾ ਹੈ RBI ਦੇ ਗਵਰਨਰ ਸ਼ਕਤੀਕੰਦਾਸ ਨੇ ਕਿਹਾ ਕਿ ਹੁਣ ਰੈਪੋ ਦਰ 5.4 ਫੀਸਦੀ ਤੋਂ ਵਧ ਕੇ 5.9 ਫੀਸਦੀ ਹੋ ਗਈ ਹੈ ਇਸ ਤੋਂ ਪਹਿਲਾਂ ਅਗਸਤ ਵਿੱਚ ਰੈਪੋ ਰੇਟ ਵਿੱਚ 50 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਗਿਆ ਸੀ ਕੇਂਦਰੀ ਬੈਂਕ ਵੱਲੋਂ ਕਿਹਾ ਗਿਆ ਹੈ ਇਹ ਫੈਸਲਾ ਮੌਜੂਦਾ ਪ੍ਰਭਾਵ ਨਾਲ ਹੀ ਲਾਗੂ ਹੋਵੇਗਾ ਸ਼ਕਤੀਕੰਦ ਦਾਸ ਨੇ ਕਿਹਾ ਕਿ ਮਹਿੰਗਾਈ ਦਾ ਖਤਰਾ ਅਜੇ ਵੀ ਬਣਿਆ ਹੋਇਆ ਹੈ ਪਰ ਦੇਸ਼ ਦੀ ਆਰਥਿਕ ਸਥਿਤੀ ਚੁਣੌਤੀ ਭਰੇ ਸਮੇਂ ਵਿੱਚ ਮਜ਼ਬੂਤ ਹੈ ਉਹਨਾਂ ਨੇ ਕਿਹਾ ਕਿ ਪੂਰੀ ਦੁਨੀਆ ਸੰਕਟ ਵਿੱਚੋਂ ਲੰਘ ਰਹੀ ਹੈ ਤੇ ਤਿਉਹਾਰਾਂ ਦੌਰਾਨ ਮੰਗ ਵਧਣ ਦੀ ਆਸ ਹੈ ਪੰਜਾਬ ਵਿਧਾਨ ਸਭਾ ਦੇ ਚੰਡੀਗੜ੍ਹ ਵਿਖੇ ਚੱਲ ਰਹੀ اجلاس ਤੇ ਅੱਜ ਤੀਜੇ ਦਿਨ ਕਾਂਗਰਸ ਵਿਧਾਇਕਾਂ ਨੇ ਵੱਖ-ਵੱਖ ਮੁੱਦਿਆਂ ਤੇ ਸਰਕਾਰ ਦਾ ਤਿੱਖਾ ਵਿਰੋਧ ਕੀਤਾ। ਇਸ ਦੌਰਾਨ ਦੋਹਾਂ ਧਿਰਾਂ ਵਿਚਾਲੇ ਕਈ ਵਾਰ ਨੌਕ-ਝੋਕ ਹੋਈ। ਮੁੱਖ ਮੰਤਰੀ ਵੱਲੋਂ ਸਦਨ ਵਿੱਚ ਪੇਸ਼ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਰੱਦ ਬਿੱਲ 2022 ਨੂੰ ਸਦਨ ਵਿੱਚ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ। ਇਸ ਸੰਬੰਧੀ ਤਜਵੀਜ਼ ਪੇਸ਼ ਕਰਦੇ ਆ ਮੁੱਖ ਮੰਤਰੀ ਨੇ ਕਿਹਾ ਕਿ ਇਸ ਐਕਟ ਤਹਿਤ ਬਣਾਏ ਗੇ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ ਆ ਜ਼ਰੂਰੀ ਮੰਤਵ حاصل ਨਹੀਂ ਕੀਤਾ ਜਾ ਸਕਿਆ ਜਿਸ ਕਾਰਨ ਸੂਬਾ ਵਾਸੀਆਂ ਦੇ ਵਧੇਰੇ ਲੋਕ ਹਿੱਤ ਵਿੱਚ ਇਸ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਮੁੱਖ ਮੰਤਰੀ ਨੇ ਕਿਹਾ ਕਿ ਸਦਨ ਵਿੱਚ ਕਾਂਗਰਸ ਆਗੂਆਂ ਦਾ ਵਤੀਰਾ ਗੈਰ ਜ਼ਿੰਮੇਵਾਰ ਹੈ ਜਿਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਆਗੂਆਂ ਨੇ ਵਾਰ-ਵਾਰ ਵਿਗਨ ਪਾ ਕੇ ਸਦਨ ਦਾ ਕੀਮਤੀ ਸਮਾਂ ਬਰਬਾਦ ਕੀਤਾ ਓਮ ਜੈ ਜਗਦੀਸ਼ ਹਰੇ ਆਰਤੀ ਤੇ ਰਚੇਤਾ ਪੰਡਿਤ ਸ਼ਰਦਾ ਰਾਮ ਫਲੋਰੇ ਦਾ 185ਵਾਂ ਜਨਮ ਦਿਹਾੜਾ ਲੁਧਿਆਣਾ ਵਿਖੇ ਅੱਜ ਪੂਰੀ ਸ਼ਰਦਾ ਨਾਲ ਮਨਾਇਆ ਗਿਆ ਪੰਡਿਤ ਸ਼ਰਦਾ ਰਾਮ ਫਲੋਰੀ ਯਾਦਗਾਰੀ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਪ੍ਰਧਾਨ ਅਸ਼ਵਨੀ ਗਰਗ ਦੀ ਅਗਵਾਈ ਹੇਠ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਵਿੱਚ ਧਾਰਮਿਕ ਸਿਆਸੀ ਅਤੇ ਸਾਹਿਤਕ ਖੇਤਰ ਤੋਂ ਵੱਖ-ਵੱਖ ਸ਼ਖਸੀਅਤਾਂ ਨੇ ਪੰਡਿਤ ਸ਼ਰਦਾ ਰਾਮ ਫਲੋਰੀ ਦੇ ਜੀਵਨ ਤੇ ਚਾਨਣਾ ਪਾਇਆ ਕ੍ਰਿਸ਼ਨ ਕੁਮਾਰ ਭਾਵਾਨੇ ਨੇ ਕਿਹਾ ਕਿ ਪੰਡਿਤ ਫਲੋਰੀ ਨੇ ਆਪਣੀਆਂ ਰਚਨਾਵਾਂ ਵਿੱਚ ਨਾਰੀ ਸ਼ਕਤੀ ਨੂੰ ਤਰਜੀਹ ਦਿੱਤੀ ਅਤੇ ਉਹਨਾਂ ਨੂੰ ਸਮਾਜ ਵਿੱਚ ਵਿਸ਼ੇਸ਼ ਦਰਜਾ ਦਿਵਾਉਣ ਲਈ ਆਪਣਾ ਯੋਗਦਾਨ ਪਾਇਆ। ਪਾਕਿਸਤਾਨ ਨੇ ਕੱਲ ਇੱਕ 파ਰਤੀ ਕੈਦੀ ਨੂੰ ਰਿਹਾ ਕੀਤਾ। ਪਾਕਿਸਤਾਨੀ ਰੇਂਜਰਾ ਨੇ ਅਟਾਰਿਸ ਖੇਤ ਜੀਸੀਪੀ ਤੇ ਜ਼ੀਰੋ ਲਾਈਨ ਤੇ ਇਸ ਕੈਦੀ ਨੂੰ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਦੇ ਹਵਾਲੇ ਕੀਤਾ। ਇਸ ਕੈਦੀ ਦਾ ਨਾਂ ਸ਼ਾਮ ਸੁੰਦਰ ਜਿਹੜਾ ਬਿਹਾਰ ਸੂਬੇ ਨਾਲ ਸੰਬੰਧਿਤ ਹੈ 35 ਸਾਲ ਦਾ ਸ਼ਾਮ ਸੁੰਦਰ ਬੋਲਣ ਤੋਂ ਅਸਮਰਥ ਥੇ ਸਾਡੇ ਨੁਮਾਇੰਦੇ ਮੁਤਾਬਕ ਮਕਰੋਸੀ ਮਸ ਰੱਖਿਆ ਬਲ ਨੇ ਸ਼ਾਮ ਸੁੰਦਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਕਾਂਗਰਸ ਦੇ ਸੀਨੀਅਰ ਆਗੂ ਮਲਿਕਾਰਜਨ ਖੜਕੇ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਲੜਨਗੇ ਪਾਰਟੀ ਦੇ ਰਾਜ ਸਭਾ ਸੰਸਦ ਪ੍ਰਮੋਦ ਤਿਵਾੜੀ ਨੇ ਮੀਡੀਆ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਉਹ ਪਾਰਟੀ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਮਲਿਕਾਰਜਨ ਖੜਕੇ ਦੀ ਹਮਾਇਤ ਕਰਨਗੇ ਇਸ ਨਾਲ ਹੀ ਖਬਰਾਂ ਦਾ ਹਿਬਲੀਟਨ ਖਤਮ ਹੁੰਦਾ ਹੈ ਜੀ। ਚਾਹਤਿਓ ਨਮਸਕਾਰ